ਆਪਾਂ ਪਹਿਲਾਂ ਸਾਰੇ ਬਾਹਰੋਂ ਆਏ ਪ੍ਰੋਡਕਟ ਨੂੰ ਤਰਜੀਹ ਦਿੰਦੇ ਸੀ, ਪਰ ਬਾਈ ਜੀ ਹੀ ਜਾਣਦੇ ਆ ਕਿ ਜਿਹੜਾ ਹੁਣ ਸਾਰਾ ਕੁਛ ਹੀ ਆ ਰੋ ਮਟੀਰੀਅਲ ਆ, ਬਾਹਰਲੀਆਂ ਕੰਪਨੀਆਂ ਦੇ ਡੱਬੇ 'ਤੇ ਆਹ ਚੀਜ਼ਾਂ ਹੀ ਮਟੀਰੀਅਲ ਆਉਂਦਾ, ਸੈਂਬਲ ਇੱਥੇ ਹੀ ਹੁੰਦਾ ਸਾਰਾ ਕੁਛ। ਅਸੀਂ ਆਈਸੋਲੇਟ ਸਾਰੇ ਕੰਸਨਟਰੇਟ ਜਿੰਨੇ ਵੀ ਪ੍ਰੋਟੀਨ ਚੀਜ਼ਾਂ ਤਿਆਰ ਕੀਤੀਆਂ, ਇੱਕ ਵਾਰੀ ਖਾ ਕੇ ਦੱਸੋ। ਹਾਂ, ਜੇ ਮਾੜਾ ਨਿਕਲਦਾ ਤਾਂ ਸ਼ਰੇਆਮ ਕਹੋ ਵੀ ਮਾੜਾ। ਪਹਿਲੀ ਵਾਰ ਪ੍ਰੀਬਾਇਓਟਿਕ ਪਾਇਆ ਸੀ ਆਪਣੇ ਪ੍ਰੋਟੀਨ ਦੇ ਵਿੱਚ, ਸਟਮਕ ਫਰੈਂਡਲੀ, ਪੇਟ ਖਰਾਬ ਹੋ ਜਾਂਦਾ ਸੀ, ਲੀਵਰ ਖਰਾਬ ਹੋ ਜਾਂਦਾ ਸੀ, ਕਿਉਂ? ਜਦਕਿ ਚੀਜ਼ਾਂ ਆਉਣ ਵਾਲੇ ਸਮੇਂ ਦੀ ਲੋੜ ਨਹੀਂ, ਉਹਨਾਂ ਨੂੰ ਵਧੀਆ ਬਣਾਇਆ ਜਾ ਸਕਦਾ। ਮੈਂ ਕਹਿੰਦਾ ਅਸੀਂ 3-4 ਸਾਲ ਦੇ ਵਿੱਚ ਇਹ ਕਰਨਾ ਕਿ ਘਰ ਘਰ ਦੇ ਵਿੱਚ ਇਹ ਚੀਜ਼ ਆਵੇ, ਤਾਂ ਕਿ ਜਿਹੜੇ ਆਹ ਛੋਟੇ ਮੋਟੇ ਪ੍ਰੋਡਕਟ ਪਿੰਡਾਂ ਦੇ ਵਿੱਚ ਫਿਰਦੇ ਨੇ, ਉਹਨਾਂ ਨੂੰ ਮੂਰਖ ਬਣਾਉਂਦੇ, ਨਾਲੇ ਪੈਸਾ ਵੀ ਲੈਂਦੇ ਨੇ, ਉਹ ਸਾਡੇ ਹੀ ਬ੍ਰਾਂਡ ਨਾਲ ਖਾ ਕੇ ਤਾਕਤ ਵੀ ਲਿਆਉਣ ਅਤੇ ਤੰਦਰੁਸਤ ਵੀ ਹੋਣ। ਬਹੁਤ ਮਿਲਣੇ, ਤੁਸੀਂ ਕੀ ਕਹਿੰਦੇ ਹੋ? ਮੈਂ ਕਹਿੰਦਾ ਕਿ ਮੈਂ ਬਣਨਾ ਚਾਹੁੰਦਾ ਜੀ। ਫਿਰ ਪਹਿਲੇ ਤਾਂ ਆਪ ਹੀ ਹੋ ਬਾਈ ਤੁਸੀਂ, ਮੈਂ ਤਾਂ ਆਪ ਬਣਨਾ ਚਾਹੁੰਦਾ। ਔਰ ਕਹਿੰਦੇ ਨੇ ਕਿ ਮਤਲਬ ਵੀ ਇਹ ਡੱਬੇ ਵਗੈਰਾ ਖਾ ਕੇ ਸਰੀਰ ਖਰਾਬ ਹੋ ਜਾਂਦਾ ਹੈ, ਉਹ ਜੇ ਹੋ ਜਾਂਦਾ, ਉਹਨਾਂ ਵਾਸਤੇ ਕਹਿਣਾ ਚਾਹੋਗੇ? ਨੈਗੇਟਿਵਿਟੀ ਹਰ ਜਗ੍ਹਾ 'ਤੇ ਹੁੰਦੀ ਹੈ ਨਾ, ਇਹ ਪ੍ਰੋਡਕਟ ਪ੍ਰੋਟੀਨ ਕੀ ਆ? ਦੁੱਧ ਦਾ ਜਾਂ ਐਗਸ ਦਾ ਜਾਂ ਜਿਤੋਂ ਵੀ ਬਣਦਾ, ਉਹਦਾ ਐਕਸਟ੍ਰੀਮ ਜਾ ਕੇ ਨਿਚੋੜ ਕੱਢ ਕੇ ਰੋ ਮਟੀਰੀਅਲ ਬਣਾਇਆ ਜਾਂਦਾ, ਅਤੇ ਜਦੋਂ ਉਹ ਮਾੜਾ ਕਿਵੇਂ ਹੋ ਸਕਦਾ? ਜਿਹੜੇ ਓਲੰਪੀਅਨ ਖੇਡਦੇ ਉਹਨਾਂ ਨੂੰ ਪ੍ਰੋਟੀਨ ਬੰਦ ਕਿਉਂ ਨਹੀਂ ਕਰਦੇ ਜੇ ਮਾੜੀ ਚੀਜ਼ ਉਹਨੇ ਬੰਦ ਕਰ ਦੇਣਾ, ਹੈ ਨਾ? ਇਹ ਤੁਸੀਂ ਚੈਨਲਾਂ ਨੇ ਅਵੇਅਰਨੈਸ ਬਣਾਉਣੀ ਆ, ਜਿੰਨੇ ਵੀ ਯੂਥ ਵਧੀਆ ਵਧੀਆ ਫਿਰਦਾ ਉਹਨਾਂ ਦੀ ਇੰਟਰਵਿਊਸ ਕਰਿਆ ਕਰੋ, ਉਹਨਾਂ ਨੂੰ ਮੋਟੀਵੇਟ ਕਰਿਆ ਕਰੋ। ਇੱਕ ਵਾਰੀ ਕੋਈ ਜਵਾਕ ਜਾਂ ਯੂਥ ਮੁੰਡਾ ਟੀ ਵੀ 'ਤੇ ਚੱਲ ਗਿਆ, ਉਹ ਸਾਰੀ ਉਮਰ ਨਹੀਂ ਖੜਦਾ ਯਾਰ, ਉਹ ਗੇਮ ਕਰਦਾ ਰਹੂਗਾ, ਅੱਗੇ ਜਾਂਦਾ ਰਹੂਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਖਬਰ ਹਰ ਪਲ ਇੰਡੀਆ। ਕਹਿੰਦੇ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੁੰਦੀ ਹੈ, ਅਤੇ ਸਿਹਤ ਜ਼ਰੂਰੀ ਹੋਣ ਦਾ ਕਰਕੇ ਹੀ ਅੱਜ ਅਸੀਂ ABC ਨਿਊਟ੍ਰੀਸ਼ਨ ਦੇ ਵਿੱਚ ਪਹੁੰਚੇ ਹਾਂ, ਅਤੇ ਮੇਰੇ ਨਾਲ ਇਸ ਵੇਲੇ ਕਰਤਾਰ ਚੀਮਾ ਭਾਅ ਜੀ ਅਤੇ ਆਪਣੇ ਪਰਮ ਭਾਅ ਜੀ ਨੇ, ਇਹਨਾਂ ਦੇ ਆਪਾਂ ਸ਼ੋਪ 'ਤੇ ਹਾਂ। ਅਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਾਰੇ ਹੀ ਜਿਹੜੇ ਪ੍ਰੋਟੀਨ ਜਿਹੜੇ ਨੇ, ਸਪਲੀਮੈਂਟ ਜਿਹੜੇ ਨੇ, ਉਹ ਅਵੇਲੇਬਲ ਨੇ, ਅਮੈਰੀਕਨ, ਇੰਡੀਅਨ, ਅਤੇ ਸਾਰੇ ਦੇ ਸਾਰੇ ਜਿਹੜੇ ਬ੍ਰਾਂਡ ਜਿਹੜੇ ਨੇ ਉਹ ਇੱਥੇ ਅਵੇਲੇਬਲ ਨੇ। ਭਾਅ ਜੀ ਨਾਲ ਗੱਲਬਾਤ ਕਰ ਲੈਂਦੇ ਹਾਂ, ਟ੍ਰੂ ਫੋਰਮ ਨੂੰ ਲੈ ਕੇ ਸਰ ਕਿਸ ਤਰ੍ਹਾਂ ਦਾ ਇਹ ਜਿਹੜਾ ਸਪਲੀਮੈਂਟ ਹੈ ਜੀ? ਬਈ ਜੀ, ਇਹ ਪ੍ਰੋਟੀਨ, ਗਲੂਟਾਮਾਈਨ, ਕ੍ਰਿਟੇਨ, ਨਾਈਟ੍ਰਿਕਸ, ਜਿੰਨੇ ਵੀ ਨਾਂ ਲੈਂਦੇ ਜਾਓਗੇ ਉਨੇ ਟਰੂ ਫਾਰਮਾਂ ਦੇ ਵਿੱਚ ਪ੍ਰੋਡਕਟ ਨੇ। ਆਪਾਂ ਪਹਿਲਾਂ ਸਾਰੇ ਬਾਹਰੋਂ ਆਏ ਪ੍ਰੋਡਕਟ ਨੂੰ ਤਰਜੀਹ ਦਿੰਦੇ ਸੀ, ਪਰ ਬਾਈ ਜੀ ਹੀ ਜਾਣਦੇ ਆ ਕਿ ਜਿਹੜਾ ਹੁਣ ਸਾਰਾ ਕੁਛ ਹੀ ਆ ਰੋ ਮਟੀਰੀਅਲ ਆ, ਬਾਹਰਲੀਆਂ ਕੰਪਨੀਆਂ ਦੇ ਡੱਬੇ 'ਤੇ ਆਹ ਚੀਜ਼ਾਂ ਹੀ ਮਟੀਰੀਅਲ ਆਉਂਦਾ, ਸੈਂਬਲ ਇੱਥੇ ਹੀ ਹੁੰਦਾ ਸਾਰਾ ਕੁਛ। ਪਰ ਜੋ ਟਰੂ ਫਾਰਮ ਹੈ, ਇਹਦਾ ਇੱਕ ਮਕਸਦ ਹੈਗਾ ਕਿ ਆਪਣਾ ਇੰਡੀਆ ਦਾ ਜਾਂ ਪੰਜਾਬ ਦਾ ਪ੍ਰੋਡਕਟ ਕਿਉਂ ਨਹੀਂ ਇੰਨਾ ਵਧੀਆ ਹੋ ਸਕਦਾ ਕਿ ਜਿੰਨੇ ਬਾਹਰਲੇ ਪ੍ਰੋਡਕਟਾਂ ਨੂੰ ਅਸੀਂ ਵਧੀਆ ਮੰਨਦੇ ਹਾਂ, ਅਤੇ ਉਹਦਾ ਰਿਵਿਊ ਅਸੀਂ ਲੈਣ ਲਈ ਪੰਜਾਬ ਟੂਰ ਕਰਦੇ ਰਹੇ ਹਾਂ। ਅੱਜ ਅਸੀਂ ABC ਨਿਊਟ੍ਰੀਸ਼ਨ ਦੇ ਆਏ ਹਾਂ, ਜਿਹਨੂੰ ਵੀ ਅੰਮ੍ਰਿਤਸਰ ਦੇ ਵਿੱਚ ਨੇੜੇ ਤੇੜੇ ਟਰੂ ਫਾਰਮਾਂ ਦਾ ਮੇਰਾ ਪ੍ਰੋਡਕਟ ਚਾਹੀਦਾ ਹੋਵੇ, ਉਹ ABC ਨਿਊਟ੍ਰੀਸ਼ਨ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਆ ਕੇ ਲੈ ਸਕਦਾ। ਸੋ ਅਸੀਂ ਆਈਸੋਲੇਟ ਸਾਰੇ ਕੰਸਨਟਰੇਟ ਜਿੰਨੇ ਵੀ ਪ੍ਰੋਟੀਨ ਦੀਆਂ ਚੀਜ਼ਾਂ ਤਿਆਰ ਕੀਤੀਆਂ, ਇੱਕ ਵਾਰੀ ਖਾ ਕੇ ਦੱਸੋ। ਹਾਂ, ਜੇ ਮਾੜਾ ਨਿਕਲਦਾ ਤਾਂ ਸ਼ਰੇਆਮ ਕਹੋ ਵੀ ਮਾੜਾ, ਬਟ ਜਦੋਂ ਵੀ ਇੱਕ ਗੱਲ ਹੋਰ ਆ, ABC ਨਿਊਟ੍ਰੀਸ਼ਨ ਦੇ ਖੜ੍ਹੇ ਹਾਂ, ਜਦੋਂ ਬਿੱਲ ਕੱਟ ਕੇ ਕੋਈ ਚੀਜ਼ ਮਿਲਦੀ ਆ, ਉਹ ਅਸਲੀ ਹੁੰਦੀ ਆ, ਠੀਕ ਆ, ਉਹ ਨਕਲੀ ਨਹੀਂ ਹੁੰਦੀ। ਤੁਸੀਂ ਜਾ ਕੇ ਕਹਿ ਸਕਦੇ ਹੋ ਕਿ ਯਾਰ ਆਹ ਦੇਖੋ ਬਿੱਲ ਕੱਟਾ, ਇਹ ਚੀਜ਼ ਮਾੜੀ ਨਿਕਲੀ ਆ। ਸੋ ਇੰਡੀਅਨ ਬ੍ਰਾਂਡ ਕਿਉਂ ਨਹੀਂ? ਅਸੀਂ ਵੀ ਬਾਹਰੋਂ ਸਮਾਨ ਮੰਗਾਉਂਦੇ ਹਾਂ, ਪਰ ਇੰਡੀਆ 'ਚ ਇੱਥੇ ਬਣਾ ਕੇ ਇਹਨੂੰ ਇੰਡੀਅਨ ਬਣਾਉਂਦੇ ਹਾਂ। ਸਾਰਾ ਇੰਪੋਰਟ ਬਾਹਰੋਂ ਹੀ ਹੁੰਦਾ ਚੀਜ਼ਾਂ ਜਿਹੜੀਆਂ ਹੁੰਦੀਆਂ, ਜੋ ਇੱਥੋਂ ਨਹੀਂ ਮਿਲਦੀ ਉਹ ਨਹੀਂ ਮਿਲਦੀ, ਜਿਹੜੀ ਬਾਹਰੋਂ ਲੈ ਕੇ ਆਉਣੀ ਆ ਬਾਹਰੋਂ ਲੈ ਕੇ ਆਉਣੀ ਆ। ਪਹਿਲੀ ਵਾਰ ਪ੍ਰੀਬਾਇਓਟਿਕ ਪਾਇਆ ਸੀ ਆਪਣੇ ਪ੍ਰੋਟੀਨ ਦੇ ਵਿੱਚ, ਸਟਮਕ ਫਰੈਂਡਲੀ, ਪੇਟ ਖਰਾਬ ਹੋ ਜਾਂਦਾ ਸੀ, ਲੀਵਰ ਖਰਾਬ ਹੋ ਜਾਂਦਾ ਸੀ, ਕਿਉਂ? ਜਦਕਿ ਚੀਜ਼ਾਂ ਆਉਣ ਵਾਲੇ ਸਮੇਂ ਦੀ ਲੋੜ ਨਹੀਂ, ਉਹਨਾਂ ਨੂੰ ਵਧੀਆ ਬਣਾਇਆ ਜਾ ਸਕਦਾ। ਅਸ਼ਵਗੰਧਾ ਵਰਗੀਆਂ ਚੀਜ਼ਾਂ, ਹਰਬਲ ਚੀਜ਼ਾਂ, ਜੜੀ ਬੂਟੀਆਂ, ਪਿੰਡਾਂ ਦੇ ਵਿੱਚ ਵੀ ਸਾਡਾ ਕੋਲਪਰੋ ਆਇਆ ਹੁਣ ਨਵਾਂ ਰਿਲੀਜ਼ ਹੋਇਆ, ਤੁਸੀਂ ਪਿੰਡਾਂ ਦੇ ਵਿੱਚ ਬਜ਼ੁਰਗ ਵੀ ਖਾ ਕੇ ਵੇਖੋ, ਗੋਡੇ ਵੀ ਠੀਕ ਹੋਣਗੇ, ਤਾਕਤ ਵੀ ਆਊਗੀ।
ਅਤੇ ਮੈਂ ਕਹਿੰਦਾ ਅਸੀਂ 3-4 ਸਾਲ ਦੇ ਵਿੱਚ ਇਹ ਕਰਨਾ ਕਿ ਘਰ ਘਰ ਦੇ ਵਿੱਚ ਇਹ ਚੀਜ਼ ਆਵੇ ਤਾਂ ਕਿ ਜਿਹੜੇ ਆਹ ਛੋਟੇ ਮੋਟੇ ਪ੍ਰੋਡਕਟ ਪਿੰਡਾਂ ਦੇ ਵਿੱਚ ਫਿਰਦੇ ਨੇ, ਉਹਨਾਂ ਨੂੰ ਮੂਰਖ ਬਣਾਉਂਦੇ ਨਾਲੇ ਪੈਸਾ ਵੀ ਲੈਂਦੇ ਨੇ, ਉਹ ਸਾਡੇ ਹੀ ਬ੍ਰਾਂਡ ਨਾਲ ਖਾ ਕੇ ਤਾਕਤ ਵੀ ਲਿਆਉਣ ਅਤੇ ਤੰਦਰੁਸਤ ਵੀ ਹੋਣ। ਚੀਮਾ ਸਾਹਿਬ, ਇਹ ਕਦੋਂ ਕਿੰਨਾ ਚਿਰ ਹੋ ਗਿਆ ਇਸ ਜਿਹੜਾ ਤੁਸੀਂ ਬ੍ਰਾਂਡ ਲਾਂਚ ਕੀਤਾ ਹੈ ਅਤੇ ਹੁਣ ਤੱਕ ਕਿੱਦਾਂ ਦਾ ਰਿਸਪੋਂਸ ਆ ਪਬਲਿਕ ਦੇ? ਇਹ ਤਾਂ ਬਹੁਤ ਵਧੀਆ ਰਿਸਪੋਂਸ ਹੈ ਜੀ। ਲਾਂਚ ਕੀਤੇ ਨੂੰ ਵਾਹਵਾ ਚਿਰ ਹੋ ਗਿਆ, ਪਰ ਹਰ ਇੱਕ ਚੀਜ਼ ਦੀ ਇੱਕ ਜਰਨੀ ਹੁੰਦੀ ਆ। ਹੁਣ ਤੁਹਾਨੂੰ ਪੰਜਾਬ ਦੇ ਵਿੱਚ ਹਰ ਜਗ੍ਹਾ ਇਹ ਦਿਸਦਾ, ਤਾਂ ਇਹਦਾ ਮਤਲਬ ਅੱਜ ਤੋਂ ਹੀ ਸ਼ੁਰੂ ਲਓ। ਤੁਸੀਂ ਅੱਜ ਮਾਝਾ ਬਲਾਕ ਦੇ ਵਿੱਚੋਂ, ਮਾਝੇ ਦੇ ਵਿੱਚੋਂ, ਮਾਝੇ ਦੇ ਨੌਜਵਾਨ ਜਿਹੜੇ ਆ ਸਿਹਤ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਕਾਫੀ ਸੁਚੇਤ ਵੀ ਨੇ ਔਰ ਕਾਫੀ ਅੱਛੇ ਅੱਛੇ ਖਿਡਾਰੀ ਵੀ ਇੱਥੋਂ ਨਿਕਲੇ ਨੇ, ਕੀ ਕਹਿਣਾ ਚਾਹੁੰਦੇ ਹੋ ਜਿਹੜਾ ਯੂਥ ਹੈ? ਯੂਥ ਫਿਰ ਜਦੋਂ ਕਹਿ ਰਹੇ ਹੋ ਖਿਡਾਰੀ ਤਕੜੇ ਨਿਕਲਦੇ ਉਹ ਤਾਂ ਹੈ ਹੀ ਨੇ। ਸਾਰਾ ਯੂਥ ਆਪਣੇ ਆਪ 'ਚ ਬਹੁਤ ਸਿਆਣਾ, ਆਪਾਂ ਸਮਝਾ ਨਹੀਂ ਸਕਦੇ। ਅਸੀਂ ਕਰ ਸਕਦੇ ਹਾਂ, ਜੋ ਅਸੀਂ ਕਰ ਰਹੇ ਹਾਂ, ਬਣਾ ਰਹੇ ਹਾਂ ਚੀਜ਼ਾਂ, ਉਹਨਾਂ ਨੂੰ ਵੇਖ ਰਹੇ ਨੇ, ਉਹੀ ਕਰਨਗੇ। ਅਤੇ ਮੈਂ ਕਹਿੰਦਾ ਵੀ ਸਿਹਤ ਦੇ ਮਾਮਲੇ ਦੇ ਵਿੱਚ ਇੱਕ ਦੂਜੇ ਨੂੰ ਫੋਲੋ ਕਰਨਾ ਚਾਹੀਦਾ, ਇਹ ਤੋਂ ਵੱਡੀ ਕੋਈ ਚੀਜ਼ ਨਹੀਂ। ਚਾਹੇ ਕੋਈ ਮੁੰਡਾ, ਚਾਹੇ ਕੁੜੀ ਆ, ਚਾਹੇ ਬਜ਼ੁਰਗ ਆ, ਚਾਹੇ ਔਰਤ ਆ, ਜਦੋਂ ਕੋਈ ਸਿਹਤ ਵਧੀਆ ਹੁੰਦੀ ਆ ਉਹਨੂੰ ਵੇਖ ਕੇ ਹਰੇਕ ਹੀ ਕਹਿੰਦਾ ਬਾਈ ਕਿਆ ਬਾਤ ਹੈ। ਬ੍ਰਾਂਡ ਬਰੂੰਡ ਤਾਂ ਬਾਅਦ 'ਚ ਆਉਂਦੇ ਆ। ਕਦੀ ਇਹ ਰਿਵਿਊ ਆਇਆ ਕਿ ਤੁਹਾਡੇ ਵੱਲ ਵੇਖ ਕੇ ਮੈਂ ਬਾਈ ਆਹ ਸਿਹਤ ਬਣਾ ਲਈ, ਮੈਂ ਇੱਦਾਂ ਦਾ ਪਹਿਲੇ ਇੱਦਾਂ ਦਾ ਸੀਗਾ ਅਤੇ ਹੁਣ ਤੁਹਾਨੂੰ ਵੇਖ ਕੇ ਮੈਂ ਫੋਲੋ ਕੀਤਾ, ਅਤੇ ਹੁਣ ਕਦੀ ਇੱਦਾਂ ਦੇ ਕੋਈ ਮਿਲੇ ਨੇ ਨੌਜਵਾਨ ਤੁਹਾਨੂੰ ਕਦੀ? ਬਹੁਤ ਮਿਲੇ ਨੇ, ਤੁਸੀਂ ਕੀ ਕਹਿੰਦੇ ਹੋ? ਮੈਂ ਕਹਿੰਦਾ ਕਿ ਮੈਂ ਬਣਨਾ ਚਾਹੁੰਦਾ ਜੀ। ਪਹਿਲੇ ਤਾਂ ਆਪ ਹੀ ਹੋ ਬਾਈ ਤੁਸੀਂ, ਮੈਂ ਤਾਂ ਆਪ ਬਣਨਾ ਚਾਹੁੰਦਾ। ਔਰ ਨਹੀਂ ਆਉਂਦੇ ਆਈ, ਯੂਥ ਪਿਆਰ ਬਹੁਤ ਕਰਦਾ ਅਤੇ ਵਧੀਆ ਲੱਗਦਾ ਜਦੋਂ ਕੋਈ ਮੁੰਡੇ ਬਜ਼ੁਰਗ ਘੇਰ ਕੇ ਕਹਿੰਦੇ ਬਾਈ ਤੇਰੇ ਵਰਗਾ ਬਣਨਾ। ਮੈਂ ਤਾਂ ਕੁਝ ਵੀ ਨਹੀਂ, ਉਹ ਤਾਂ ਮਤਲਬ ਇੱਥੇ ਬਾਈ ਬਥੇਰੇ ਮਿਲੇ ਆ ਜਿਹਨਾਂ ਦਾ ਸਰੀਰ ਮੇਰੇ ਨਾਲ ਕਿਤੇ ਗੁਣਾ ਸੋਹਣੇ ਆ। ਗੱਲ ਐਕਸਪੋਜ਼ਰ ਦੀ ਹੁੰਦੀ ਆ, ਟਾਈਮ ਲੱਗਦਾ। ਅੱਜ ਮੈਨੂੰ 20 ਸਾਲ ਹੋ ਗਏ, ਲੱਗੇ ਰਹੋ ਤੁਹਾਡਾ ਟਾਈਮ ਜ਼ਰੂਰ ਆਊਗਾ। ਫਿਲਮਾਂ ਦੀ ਗੱਲ ਕਰ ਲਈਏ, ਕਰ ਲਈਏ ਕਦੇ? ਅੱਛਾ ਚਲੋ ਠੀਕ ਹੈ, ਸਾਡੇ ਨਾਲ ਪਰਮਵੀਰ ਨੇ। ਪਰਮਵੀਰ, ਅੱਜ ਜਿਹੜੇ ਪ੍ਰੋਡਕਟ ਲਾਂਚ ਆਏ ਨੇ ਭਾਅ ਜੀ ਹੁਣੀ ਆਏ ਨੇ ਕਰਤਾਰ ਚੀਮਾ ਸਾਹਿਬ, ਕੀ ਕਹਿਣਾ ਚਾਹੁੰਦੇ? ਬਹੁਤ ਵਧੀਆ ਪ੍ਰੋਟੀਨ ਆ, ਅਤੇ ਮਤਲਬ ਇਹ ਅਮੈਰੀਕਨ ਹੀ ਇਹਦੇ ਵਿੱਚ ਵੀ ਪ੍ਰੋਟੀਨ ਆ, ਅਤੇ ਬਹੁਤ ਵਧੀਆ ਪ੍ਰੋਟੀਨ ਆ। ਅਸੀਂ ਖੁਦ ਵੀ ਆਪਣੇ ਕਸਟਮਰ ਆ ਜਾਂ ਜਿਹੜੇ ਸਾਡੇ ਪਰਸਨਲ ਬੰਦੇ ਸਾਰੇ, ਆਪਾਂ ਉਹਨਾਂ ਨੂੰ ਇਹੀ ਰਿਕਮੈਂਡ ਕਰਦੇ। ਕੁਝ ਨੈਗੇਟਿਵਿਟੀ ਵੀ ਹੁੰਦੀ ਲੋਕਾਂ ਦੇ ਵਿੱਚ, ਕਹਿੰਦੇ ਨੇ ਕਿ ਮਤਲਬ ਵੀ ਇਹ ਡੱਬੇ ਵਗੈਰਾ ਖਾ ਕੇ ਸਰੀਰ ਖਰਾਬ ਹੋ ਜਾਂਦਾ ਹੈ, ਉਹ ਜੇ ਹੋ ਜਾਂਦਾ, ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ? ਨੈਗੇਟਿਵਿਟੀ ਹਰ ਜਗ੍ਹਾ 'ਤੇ ਹੁੰਦੀ ਹੈ ਨਾ, ਘਿਓ ਵੀ ਡੱਬਿਆਂ 'ਚ ਆਉਂਦਾ, ਫਿਰ ਉਹਦਾ ਕੀ ਕਹੋਗੇ? ਗੱਲ ਤਾਂ ਜਾਗਰੂਕਤਾ ਦੀ ਆ ਜਦੋਂ ਆਪਾਂ ਲੈ ਕੇ ਆਉਂਦੇ ਹਾਂ। ਇਹ ਪ੍ਰੋਡਕਟ ਪ੍ਰੋਟੀਨ ਕੀ ਆ? ਦੁੱਧ ਦਾ ਜਾਂ ਐਗਸ ਦਾ ਜਾਂ ਜਿਸ ਤੋਂ ਵੀ ਬਣਦਾ, ਉਹਦਾ ਐਕਸਟ੍ਰੀਮ ਜਾ ਕੇ ਨਿਚੋੜ ਕੱਢ ਕੇ ਰੋ ਮਟੀਰੀਅਲ ਬਣਾਇਆ ਜਾਂਦਾ, ਅਤੇ ਜਦੋਂ ਉਹ ਮਾੜਾ ਕਿਵੇਂ ਹੋ ਸਕਦਾ? ਗੱਲ ਆ ਲੋਕਾਂ ਨੂੰ ਸਮਝਾਉਣ ਦੀ, ਦੱਸਣ ਦੀ। ਯੂਥ ਜਿਹੜਾ ਅੱਜ ਕੱਲ੍ਹ ਇਹ ਕੰਮ ਕਰਦਾ, ਲੈਂਦਾ ਖਾਂਦਾ, ਸਹੀ ਰਿਜ਼ਲਟ ਦੇ ਰਿਹਾ, ਭਰਤੀ ਵੀ ਹੋ ਰਿਹਾ, ਗੇਮਾਂ ਖੇਡਣ ਵੀ ਜਾ ਰਿਹਾ। ਹੁਣ ਜਿਹੜੇ ਓਲੰਪੀਅਨ ਖੇਡਦੇ ਉਹਨਾਂ ਨੂੰ ਪ੍ਰੋਟੀਨ ਬੰਦ ਕਿਉਂ ਨਹੀਂ ਕਰਦੇ ਜੇ ਮਾੜੀ ਚੀਜ਼ ਉਹਨੇ ਬੰਦ ਕਰ ਦੇਣ? ਹੈ ਨਾ, ਇਹ ਤੁਸੀਂ ਚੈਨਲਾਂ ਨੇ ਅਵੇਅਰਨੈਸ ਬਣਾਉਣੀ ਆ। ਜਿੰਨੇ ਵੀ ਯੂਥ ਵਧੀਆ ਵਧੀਆ ਫਿਰਦਾ ਉਹਨਾਂ ਦੀ ਇੰਟਰਵਿਊਜ਼ ਕਰਿਆ ਕਰੋ, ਉਹਨਾਂ ਨੂੰ ਮੋਟੀਵੇਟ ਕਰਿਆ ਕਰੋ। ਇੱਕ ਵਾਰੀ ਕੋਈ ਜਵਾਕ ਜਾਂ ਯੂਥ ਮੁੰਡਾ ਟੀ ਵੀ 'ਤੇ ਚੱਲ ਗਿਆ, ਉਹ ਸਾਰੀ ਉਮਰ ਨਹੀਂ ਖੜਦਾ ਯਾਰ, ਉਹ ਗੇਮ ਕਰਦਾ ਰਹੂਗਾ, ਅੱਗੇ ਜਾਂਦਾ ਰਹੂਗਾ। ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਕਿ ਹਲਕੇ ਕਿਸਮ ਦੇ ਪ੍ਰੋਡਕਟ ਜਿਹੜੇ ਮਾਰਕੀਟ ਦੇ ਵਿੱਚ ਆਪਣੇ ਪ੍ਰੋਫਿਟ ਦੇ ਵਾਸਤੇ ਲੈ ਜਾਂਦੇ, ਉਹਨਾਂ ਦਾ ਕਰਕੇ ਤਾਂ ਨਹੀਂ ਇਹ ਨੈਗੇਟਿਵਿਟੀ ਫੈਲਦੀ? ਇਹ ਤਾਂ ਹਰ ਪ੍ਰੋਡਕਟ 'ਚ ਆਉਂਦਾ ਜੀ, ਘਿਓ ਵੀ ਮਾੜਾ ਆ ਜਾਂਦਾ ਮਾਰਕੀਟ 'ਚ, ਮਿਰਚਾਂ ਮਾੜੀਆਂ ਆ ਜਾਂਦੀਆਂ, ਹਲਦੀ ਮਾੜੀ ਆ ਜਾਂਦੀਆਂ, ਨੂਣ ਆ ਜਾਂਦਾ, ਫਿਰ ਪ੍ਰੋਟੀਨ ਦੇ ਇਲਜ਼ਾਮ ਕਿਉਂ ਲਾਏ ਜਾਂਦੇ? ਦੇਖ ਕੇ ਲਓ। ਸੋ ਇਹ ਸਨ ਕਰਤਾਰ ਚੀਮਾ ਜੀ, ਜਿਨ੍ਹਾਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਹਰੇਕ ਜਿਹੜੀ ਆ ਨੈਗੇਟਿਵਿਟੀ ਹਰੇਕ ਜਗ੍ਹਾ 'ਤੇ ਹੁੰਦੀ ਆ, ਪਰ ਜਿਹੜਾ ਇਹ ਪ੍ਰੋਟੀਨ ਹੈ ਅੱਜ ਦੇ ਨੌਜਵਾਨ ਦੀ ਵੀ ਜ਼ਰੂਰਤ ਹੈਗੀ ਆ, ਹਰੇਕ ਵਰਗ ਨੂੰ ਜ਼ਰੂਰਤ ਹੈਗੀ ਹੈ ਇਹਦੀ। ਕੈਮਰਾਮੈਨ ਅਸ਼ਵਨੀ ਦੇ ਨਾਲ ਬਿਕਰਮ ਗਿੱਲ, ਖਬਰ ਹਰਪਲ ਇੰਡੀਆ, ਅੰਮ੍ਰਿਤਸਰ।